ਇਹ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ 120 ਸਾਲ ਸੰਭਾਲ ਕੇ ਰੱਖਿਆ ਸੰਗੀਤ ਸੱਭਿਆਚਾਰ ਦੀਆਂ ਤਸਵੀਰਾਂ ਗੁਰਮੁਖ ਸਿੰਘ ਲਾਲੀ ਵੱਲੋਂ ਇਹ ਸਾਰੇ ਪੁਰਾਣੇ ਰੇਡੀਓ ਹੋਰ ਕਈ ਸੰਗੀਤ ਤਵੇ ਪੁਰਾਣੇ ਸਾਂਭ ਕੇ ਰੱਖੇ ਗਏ ਨੇ ਜੋ ਕਿ ਅੱਜ ਵਾਤਾਵਰਨ ਬਚਾਓ ਕਮੇਟੀ ਵੱਲੋਂ ਪੁਰਾਤਨ ਸੰਗੀਤ ਸੱਭਿਆਚਾਰ ਦੀ ਸੰਭਾਲ ਕਰਨ ਵਾਲੇ ਗੁਰਮੁਖ ਸਿੰਘ ਲਾਲੀ ਨੂੰ ਸਨਮਾਨ ਕੀਤਾ ਗਿਆ बहुत पुराना होगा पुराना सोनी का जी बहुत पुराना जी ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸਰਦਾਰ ਗੁਰਮੁਖ ਸਿੰਘ ਜੀ ਲਾਲੀ ਜਿਨ੍ਹਾਂ ਨੇ ਕਿ 120 ਸਾਲ ਪੁਰਾਣਾ ਸੱਭਿਆਚਾਰ ਸੰਗੀਤ ਸੱਭਿਆਚਾਰ ਸਾਂਭ ਕੇ ਰੱਖਿਆ ਗਿਆ ਉਸਦਾ ਅੱਜ ਦਾਸ ਰਾਣਾ ਰਣਦੀਪ ਸਿੰਘ ਔਜਲਾ ਚੇਅਰਮੈਨ ਵਾਤਾਵਰਨ ਬਚਾਓ ਕਮੇਟੀ ਸਮੁੱਚੀ ਕਮੇਟੀ ਵੱਲੋਂ ਅਤੇ ਗ੍ਰੰਥੀ ਸਭਾ ਵੱਲੋਂ ਇਹਨਾਂ ਦਾ ਕੋਠੀ ਵਿੱਚ ਸ਼ੇਰ ਸਿੰਘਪੁਰਾ ਪਿੰਡ ਨਾਈਵਾਲਾ ਤਹਿਸੀਲ ਬਰਨਾਲਾ ਜ਼ਿਲ੍ਹਾ ਬਰਨਾਲਾ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਔਰ ਅੱਜ ਅਸੀਂ ਧੰਨਤਾ ਦੇ ਯੋਗ ਹੋ ਚੁੱਕੇ ਹਾਂ ਜਿਹੜਾ ਇੱਕ ਇਹਨਾਂ ਦੀ ਲਾਇਬ੍ਰੇਰੀ ਅਸੀਂ ਦੇਖੀ ਅਤੇ ਜਿਹੜੇ ਆਉਣ ਵਾਲੇ ਪੀੜ੍ਹੀ ਆ ਨੌਜਵਾਨ ਨੇ ਉਹ ਇਸ ਤੋਂ ਸੇਧ ਲੈਣਗੇ ਕਿ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਗੀਤ ਹੁੰਦੇ ਸੀ ਜਿਹੜੇ ਅੱਜ ਕੱਲ੍ਹ ਸੱਭਿਆਚਾਰ ਹੋ ਚੁੱਕੇ ਆ ਉਹ ਤਾਂ ਗੰਧਲਾ ਹੋ ਚੁੱਕੇ ਆ ਪਰ ਜਿਹਨਾਂ ਇਹਨਾਂ ਨੇ ਸਾਨੂੰ ਪੁਰਾਣੇ ਸਾਡੇ ਸਤਿਕਾਰਯੋਗ ਸਰਦਾਰ ਗੁਰਮੁਖ ਸਿੰਘ ਜੀ ਲਾਲੀ ਜੀ ਨੇ ਸਾਨੂੰ ਸੰਗੀਤ ਸੁਣਾਇਆ ਸਾਡੀ ਰੂਹ ਆ ਜਿਹੜੀ ਧੰਨ ਧੰਨ ਹੋ ਗਈ ਅਸੀਂ ਵਿਸ਼ੇਸ਼ ਤੌਰ 'ਤੇ ਦਾਸ ਰਾਣਾ ਰਣਦੀਪ ਸਿੰਘ ਔਜਲਾ ਚੇਅਰਮੈਨ ਵਾਤਾਵਰਨ ਬਚਾਓ ਕਮੇਟੀ ਇਹਨਾਂ ਨੂੰ ਅੱਜ ਵਾਤਾਵਰਨ ਬਚਾਓ ਕਮੇਟੀ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਅਤੇ ਮੈਂ ਤਾਂ ਇਹ ਸਮਝਦਾ ਵੀ ਸਾਡੇ ਇਹ ਪਿਤਾ ਸਮਾਨ ਨੇ ਮੈਂ ਤਾਂ ਇਹਨਾਂ ਨੂੰ ਕੀ ਕਰ ਸਕਦਾ ਇਹਨਾਂ ਤੋਂ ਇੱਕ ਅਸ਼ੀਰਵਾਦ ਹੀ ਲੈਣ ਵਾਸਤੇ ਆਇਆ ਨਾਲੇ ਮੇਰੇ ਮਾਤਾ ਜੀ ਜੋ ਕਿ ਪ੍ਰਿੰਸੀਪਲ ਰਿਟਾਇਰ ਹੋਏ ਨੇ ਇਹਨਾਂ ਦਾ ਵੀ ਬਹੁਤ ਵਧੀਆ ਸੁਭਾਅ ਅਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰਮੁਖ ਸਿੰਘ ਲਾਲੀ ਸੰਚਾਲਕ ਜਥੇਦਾਰ ਪ੍ਰਗਟ ਸਿੰਘ ਪੰਜਾਬੀ ਸੰਗੀਤ ਕਲਾਇਬ੍ਰੇਰੀ ਸ਼ੇਰ ਸਿੰਘਪੁਰਾ ਜ਼ਿਲ੍ਹਾ ਬਰਨਾਲਾ ਮੈਂ ਧੰਨਵਾਦ ਕਰਦਾ ਵਾਤਾਵਰਨ ਕਮੇਟੀ ਜੋ ਸਾਡੇ ਭਰਾ ਨੇ ਰਾਣਾ ਰਣਦੀਪ ਸਿੰਘ ਜੀ ਔਜਲਾ ਵਾਤਾਵਰਨ ਪ੍ਰੇਮੀ ਅਤੇ ਸਾਡੇ ਬਾਬਾ ਜੀ ਜਿਹੜੇ ਅਸੀਂ ਪੜ੍ਹਦੇ ਰਹੇ ਮੈਂ ਕਲਾਸ ਅੱਗੇ ਸੀ ਅਤੇ ਇਹਨਾਂ ਨੇ ਉਦੋਂ ਮੇਰੀ ਵਾਰੀ ਸੁਣਿਆ ਹੋਇਆ ਸੀ ਪਰ ਜਦੋਂ ਅੱਜ ਇਹ ਮੇਰੀ ਲਾਇਬ੍ਰੇਰੀ 'ਚ ਆਏ ਨੇ ਅਤੇ ਅੱਜ ਇਹ ਬੜਾ ਇਹਨਾਂ ਨੇ ਅਨੁਭਵ ਕੀਤਾ ਵੀ ਲਾਲੀ ਕਮਾਲ ਕੀਤੀ ਪਈ ਹੈ ਮੈਂ ਇੱਕ ਸੇਵਾ ਕਰ ਰਿਹਾ ਇਨਸਾਨ ਦੁਨੀਆ 'ਤੇ ਆਉਂਦਾ ਉਹਨੂੰ ਕੁਝ ਅਜਿਹਾ ਕੰਮ ਕਰਕੇ ਜਾਣਾ ਚਾਹੀਦਾ ਜਿਸ ਨੂੰ ਸਮਾਜ ਯਾਦ ਰੱਖੇ ਇਸ ਕਰਕੇ ਮੈਂ ਇਹਨਾਂ ਕਮੇਟੀ ਦਾ ਗ੍ਰੰਥੀ ਸਭਾ ਕਮੇਟੀ ਵੱਲੋਂ ਅਤੇ ਸਤਪਾਲ ਜੀ ਅਤੇ ਰਣਵੀਰ ਸਿੰਘ ਉਜਲਾ ਜੀ ਦਾ ਜਿਹੜੇ ਚੇਅਰਮੈਨ ਨੇ ਮੈਂ ਉਹਨਾਂ ਦਾ ਬਹੁਤ ਰਿਣੀ ਹਾਂ ਕਿ ਇੱਕ ਨਿਮਾਣੇ ਜਿਹੇ ਵਿਅਕਤੀ ਨੂੰ
मैनू अज इन्होंने सम्मान किया है। तो वाहिगुरू जी का खालसा, वाहिगुरू जी।